ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਮੰਤਰੀ ਹੈਰੀ ਵੈਂਸ ਵੱਲੋਂ ਵਿਕਟੋਰੀਆ ਵਿੱਚ ਦੋ ਬਿੱਲ ਪੇਸ਼ ਕੀਤੇ ਗਏ ਜੀ ਹਾਂ ਪਹਿਲਾ ਬਿੱਲ ਵਰਕ ਸੇਫ ਬੀਸੀ ਨੂੰ ਲੈ ਕੇ ਸੀ ਅਤੇ ਫਿਰ ਦੂਜਾ ਬਿੱਲ ਮੈਟਰਨਿਟੀ ਲੀਵ ਨੂੰ ਲੈ ਕੇ ਪੇਸ਼ ਕੀਤਾ ਗਿਆ ਇਹ ਬਿੱਲ ਪਾਸ ਹੋਣ ਨਾਲ ਲੋਕਾਂ ਨੂੰ ਕੀ ਫਾਇਦਾ ਹੋਏਗਾ ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਦੇ ਲੇਬਰ ਮੰਤਰੀ ਹੈਰੀ ਵੈਂਸ ਨੇ ਪੀਟੀਸੀ ਨਿਊਜ਼ ਨੂੰ ਖਾਸ ਜਾਣਕਾਰੀ ਦਿੱਤੀ ਸਰੀ ਨਿਊਟੋ ਤੋਂ ਮਿਨਿਸਟਰ ਆਫ ਲੇਬਰ ਆਨਰੇਬਲ ਹੈਰੀ ਵੈਂਸ ਸਾਡੇ ਨਾਲ ਨੇ ਇਹਨਾਂ ਵੱਲੋਂ ਦੋ ਬਿੱਲ ਜੋ ਪੇਸ਼ ਕੀਤੇ ਗਏ ਅਤੇ ਕੀ ਸਾਨੂੰ ਬਿੱਲ ਇਸ ਬਾਰੇ ਗੱਲਬਾਤ ਕਰਦੇ ਹਾਂ ਹੈਰੀ ਬੈਂਸ ਸਾਹਿਬ ਉਹਨਾਂ ਦੇ ਨਾਲ ਬੈਂਸ ਸਾਹਿਬ ਕੀ ਸਨ ਉਹ ਬਿੱਲ ਅਤੇ ਉਹਦਾ ਹੁਣ ਕੀ ਐਸਲ ਸਟੇਟਸ ਹੈਗਾ ਜੀ ਦੋ ਬਿਲ ਹੈਗੇ ਆ ਇੱਕ ਤਾਂ ਵਰਕਰ ਕੰਪੰਸੀਸ਼ਨ ਦੇ ਨਾਲ ਆ ਸੰਬੰਧ ਰੱਖਦਾ ਉਹਦਾ ਹੈਗਾ ਕਿ ਜਿਹੜੇ ਸਾਡੇ ਫਰਸਟ ਰਿਸਪੌਂਡਰਸ ਹੈਗੇ ਹਨਾ ਫਾਇਰ ਵਾਲੇ ਪੁਲਿਸ ਤੇ ਆਪਣੇ ਪੈਰਾਮੈਡਿਕਸ ਤੇ ਆਪਣੇ ਜਿਹੜੇ ਕਲੈਕਸ਼ਨ ਆਫੀਸਰਸ ਹੈਗੇ ਆ ਉਹ ਸਾਰਿਆਂ ਨੂੰ ਜਦੋਂ ਟ੍ਰਾਮੈਟਿਕ ਇਨਸੀਡੈਂਟ ਕਿਉਂਕਿ एवरीडे ਉਹਨਾਂ ਨੂੰ ਇਹੋ ਜਿਹਿਆਂ ਉਹਨਾਂ ਨੂੰ ਦਾ ਸਾਹਮਣਾ ਕਰਨਾ ਪੈਂਦਾ ਤੇ ਉਹਨਾਂ ਦੇ ਉੱਤੇ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਉਹਦਾ ਬਹੁਤ ਅਸਰ ਹੋ ਜਾਂਦਾ ਸੀ ਤੇ ਬਹੁਤ ਲੋਕੀ ਜਿਹੜੇ ਸੀਗੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਦਾ ਕੁਝ ਨਿਊਜ਼ ਜਿਹੜੀਆਂ ਆਈਆਂ ਉਹ ਸੁਸਾਇਟੀਆਂ ਵੀ ਆਈਆਂ ਸੋ ਮਤਲਬ ਇਹ ਸੀਗਾ ਭਾਵੇਂ ਕਵਰੇਜ ਤਾਂ ਹੈਗੀ ਆ ਪਰ ਉਹਨਾਂ ਨੂੰ ਪ੍ਰੂਫ ਕਰਨਾ ਪੈਂਦਾ ਸੀ ਕਿ ਇਹ ਜਿਹੜੀ ਤੁਹਾਡੀ ਮੈਂਟਲ ਡਿਸਆਰਡਰ ਜਿਹੜੀ ਹੋਈ ਆ ਮੈਂਟਲ ਇੰਜਰੀ ਹੋਈ ਆ ਇਹ ਕੰਮ ਨਾਲ ਰਿਲੇਟਡ ਆ ਹੋਨਸਟਲੀ ਬਿਲਕੁਲ ਇਹ ਕਹਿੰਦਾ ਵੀ ਕਿਉਂਕਿ ਇਹਨਾਂ ਦੀ ਜੌਬ ਇਹੋ ਜਿਹੀ ਹੈਗੀ ਆ ਇਹ ਰੋਜ਼ਾਨਾ ਹੀ ਇਹੋ ਜੀਆਂ ਯੂ ਨੋ ਬੜੀ ਟ੍ਰਮੈਟਿਕ ਇਨਸਿਡੈਂਟਸ ਦੇ ਨਾਲ ਇਹਨਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਇਹਨਾਂ ਨੂੰ ਜਦੋਂ ਮਾਨਸਿਕ ਕੋਈ ਬਿਮਾਰੀ ਲੱਗੀ ਤੇ ਉਹ ਕੰਪਨਸੇਸ਼ਨ ਵਾਲੇ ਆਪੇ ਆਪ ਹੀ ਉਹਨੂੰ ਪ੍ਰੀਜ਼ੂਮ ਕਰਨਗੇ ਕਿ ਕੰਮ ਤੇ ਹੈਗੀ ਉਹਨਾਂ ਨੂੰ ਹੁਣ ਪ੍ਰੂਵ ਨਹੀਂ ਕਰਨਾ ਪਏਗਾ ਦੂਜਾ ਸਿਗਾ ਇੱਕ ਜਿਹੜੀ ਹੈ ਲੀਵ ਹੈਗੀ ਆ ਸਾਡੇ ਪੇਰੈਂਟਸ ਵਾਸਤੇ ਔਰ ਸੀਗੇ ਹੁਣ ਜਿਹੜੀਆਂ ਹੈਗੀਆਂ ਬਰਥ ਮਦਰਸ ਹੈਗੀਆਂ ਉਹ ਆਪਣੀ ਲੀਵ 78 ਵੀਕਸ ਦਾ ਲੈ ਸਕਦੀਆਂ ਉਹ ਕਿਉਂਕਿ ਫੈਡਰਲ ਗਵਰਨਮੈਂਟ ਨੇ ਵੀ ਜਿਹੜੀ ਆ ਆਪਣੀ EI ਦੀ ਬੈਨੀਫਿਟ ਜਿਹੜਾ ਇਨਕਰੀਜ਼ ਕੀਤਾ ਸੀਗਾ ਅਸੀਂ ਉਹਦੇ ਨਾਲ ਮੈਚ ਕਰ ਦਿੱਤਾ ਕਿ ਉਹਨਾਂ ਨੂੰ ਛੁੱਟੀ ਮਿਲ ਸਕੇ ਤੇ ਆਪਣੇ EI ਕਲੈਕਟ ਕਰਨਗੇ ਆਪਣੇ ਬੱਚੇ ਦੀ ਦੇਖਭਾਲ ਕਰਨ ਤੋਂ ਬਾਅਦ ਉਹ ਜਦੋਂ ਵਾਪਸ ਜਾਣਾ ਚਾਹਣ ਤੇ ਉਹਨਾਂ ਦੀ ਕੰਮ ਉਥੇ ਜੌਬ ਉਥੇ ਉਹਨਾਂ ਦੇ ਵਾਸਤੇ ਪੱਕੀ ਹੋਏਗੀ ਥੱਲੇ ਹੋਰ بڑا ਕੁਝ ਆਉਣ ਵਾਲਾ ਰਿਵਿਊ ਹੋ ਰਿਹਾ ਵਰਕਰ ਕੰਪੰਸੀਸ਼ਨ ਦਾ ਐਕਟ ਵੀ ਰਿਵਿਊ ਹੋਣਾ ਉਹਦੀ ਪਾਲਿਸੀਜ਼ ਵੀ ਰਿਵਿਊ ਹੋ ਗਈ ਆ ਉਹਦੀਆਂ ਇੰਪਲੀਮੈਂਟੇਸ਼ਨ ਸ਼ੁਰੂ ਹੋ ਜਾਣੀਆਂ এমਪਲాయਮੈਂਟ ਸਟੈਂਡਰਡ ਐਕਟ ਨੂੰ ਵੀ ਰਿਵਿਊ ਹੋ ਰਿਹਾ ਉਹਦੀ ਵੀ ਨਵੀਂ ਬਿੱਲ ਅਸੀਂ ਲੈ ਕੇ ਆਉਣਾ ਤੇ ਲੇਬਰ ਕੋਡ ਉਧਾਰੇ ਵਿਗੋਰੀਆ ਉਹਦੀ ਵੀ ਰਿਪੋਰਟ ਆ ਰਹੀ ਆ ਜਿਹੜੀ ਤੁਸੀਂ ਮਟਰੰਟੀ ਦੀ ਕੀਤੀ ਤੁਸੀਂ 78 ਵੀਕਸ ਕਿਹਾ ਜੀ ਜਿਹੜਾ ਮਦਰ ਹੈਗੀ ਨਾ ਬਰਥ ਮਦਰ ਉਹ 60 1 ਵੀਕਸ ਲੈ ਸਕਦੀ ਆ ਐਜ਼ ਅ ਪੈਰੈਂਟਲ ਲੀਵ ਤੇ 17 ਹਫਤੇ ਉਹ ਲੈ ਸਕਦੇ ਹੈਗੇ ਆ ਜਿਹੜੀ ਹੈਗੀ ਪ੍ਰੈਗਨਸੀ ਲੀਵ ਸੋ ਟੋਟਲ ਉਹ ਜੇ ਚਾਹਣ ਤੇ ਉਹ 78 ਵੀਕਸ ਤੱਕ ਲੈ ਸਕਦੇ ਆ ਤੇ ਜਿਹੜਾ ਨਾਲ ਦੇ ਪੇਰੈਂਟ ਹੈਗੇ ਆ ਉਹ 62 ਵੀਕਸ ਉਹ ਲੈ ਸਕਦੇ ਆ ਇਕੱਠੇ ਵੀ ਲੈ ਸਕਦੇ ਆ ਨਾਲ ਦੇ ਪੇਰੈਂਟਸ ਤੋਂ ਤੁਹਾਡਾ ਭਾਵ ਕੀ ਕਹਿਣਾ ਫਾਦਰ ਫਾਦਰ ਹੋ ਸਕਦਾ ਤੇ ਉਹਨਾਂ ਦੀ ਮੈਂ ਗੱਲ ਕਰਦਾ ਕਿ ਮਦਰ ਜਿਹੜੀ ਬਰਥ ਮਦਰ ਦੀ ਛੁੱਟੀ 78 ਤੱਕ ਤੇ ਜੇ ਉਹ ਸਿਚੁਏਸ਼ਨ ਫਾਦਰ ਹੈਗਾ ਤਾਂ ਉਹ 62 ਵੀ ਮਤਲਬ ਹੁਣ ਅੱਜ ਕੱਲ ਜਿਹੜਾ ਸਾਰੇ ਰਿਲੇਸ਼ਨਸ਼ਿਪ ਡਿਫਰੈਂਟ ਹੈ ਗਿਆ ਜਿਹੜਾ ਵੀ ਨਾਲ ਦਾ ਪਾਰਟਨਰ ਹੈਗਾ ਬੱਚੇ ਨੂੰ ਪਾਲਣਾ ਤੁਸੀਂ ਰਲ ਕੇ ਤੇ ਉਹ ਦੋਨਾਂ ਨੂੰ ਛੁੱਟੀਆਂ ਮਿਲ ਸਕਦੀਆਂ ਇਕੱਠੇ ਵੀ ਲੈ ਸਕਦੇ ਆ ਕਲੇ-ਕਲੇ ਵੀ ਲੈ ਸਕਦੇ ਸੋ ਇਹ ਦੂਜਾ ਬਿਲ ਵੀ ਪਾਸ ਹੋਣ ਦੀ ਪੂਰੀ ਉਮੀਦ ਹੈਗੀ ਜੀ ਦੋਨੇ ਪਾਸ ਹੋ ਗਏ ਸੋ ਦੋਨੇ ਪਾਸ ਹੋ ਗਏ ਯੂਨੀਨਮਸਲੀ ਪਾਸ ਹੋਇਆ ਇਸ ਲਈ ਮੈਨੂੰ ਹੋਰ ਵੀ ਜ਼ਿਆਦਾ ਖੁਸ਼ੀ ਆ ਗ੍ਰੀਨ ਪਾਰਟੀ ਬੀਸੀ ਲਿਬਰਲ ਪਾਰਟੀ ਨੇ ਵੀ ਪੂਰੀ ਸਪੋਰਟ ਤਿਹਦੀ ਤੇ ਮੈਨੂੰ ਬੜੀ ਖੁਸ਼ੀ ਆ ਕਿ ਕਿਉਂਕਿ ਸਾਰੇ ਰੈਕੋਗਨਾਈਜ਼ ਕਰਦੇ ਕਿ 16 ਸਾਲ ਹੋ ਗਏ ਆ ਜਿਹੜਾ ਕਾਨੂੰਨ ਜਿਹੜੇ ਹੈਗੇ ਓਦਾਂ ਦੇ ਓਦਾਂ ਪਏ ਆ ਅੱਜ ਮੋਡਰਨਾਈਜ਼ ਕਰਨ ਦੀ ਲੋੜ ਆ ਅਸੀਂ ਜਿੰਨੀ ਵੀ ਜਲਦੀ ਹੋ ਸਕੇ ਅਸੀਂ ਉਹਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਇਹ ਸੰਨ ਲੇਬਰ ਮਿਨਿਸਟਰ ਅਨੀਮਲ ਹੈਰੀ ਬੈਂਸਬ ਉਹਨਾਂ ਨੇ ਦੱਸਿਆ ਕਿ ਜਿਹੜੇ ਮਾਤਾ ਤੇ ਪਿਤਾ ਦੋਨੇ ਹੀ ਜਿਹੜੇ ਉਹ ਬੱਚੇ ਦੇ ਬਰਤੋਂ ਬਾਅਦ ਲੰਮਾ ਸਮਾਂ ਜੇ ਚਾਹਣ ਤਾਂ ਆਪਣੇ ਬੱਚੇ ਨਾਲ ਸਪੈਂਡ ਕਰ ਸਕਦੇ ਆ ਬਿਲ ਪਾਸ ਹੋ ਚੁੱਕਿਆ ਕੈਰਮਨ ਫਾਹਦ ਨਾਲ ਅਮਰਜੀਤ ਸਿੰਘ ਪੀਟੀਸੀ ਨਿਊਜ਼ ਸਰੀਕਨ